ਹੈਲੋ ਐਂਡ ਵੈਲਕਮ ਮੁੰਡੇ, ਵੈਲਕਮ ਆ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੋਗ ਦੇ ਵਿੱਚ। ਅਤੇ ਅੱਜ ਆਪਾਂ ਖੇਤ ਚੱਲੇ ਹਾਂ, ਹੁਣ ਤਾਂ ਪਾਣੀ ਲਾਉਣ ਅਤੇ ਉਹ ਚੱਲੀ ਜਾਂਦੀ ਹੈ ਮੋਟਰ। ਕੱਲ੍ਹ ਆਪਾਂ ਗਏ ਸੀ ਅਤੇ ਉਹ ਚਾਬੀ ਹੈਨੀ ਸੀ ਆਪਣੇ ਕੋਲ, ਅਤੇ ਉਹ ਟਰੈਕਟਰ ਦਾ ਕੰਮ ਜਿਹੜਾ ਬੈਟਰੀ ਬੋਕਸ ਦਾ ਉਹ ਘਰੇ ਕਰ ਲੂਗਾ, ਲੈਟ ਹੈਗੀ ਆ ਹੁਣ ਅਤੇ ਬਸ ਕਰਦਾ ਹੀ ਆ ਉਹ। ਅਤੇ ਚਲੋ ਆਪਾਂ ਚੱਲਦੇ ਹਾਂ ਖੇਤ, ਅਤੇ ਮਿਲਦੇ ਹਾਂ ਖੇਤ ਪਹੁੰਚ ਕੇ। ਖੇਤ ਪਹੁੰਚ ਗਏ ਹਾਂ ਅਤੇ ਮੋਟਰ ਆਪਣੀ ਚੱਲੀ ਜਾਂਦੀ ਆ, ਅਤੇ ਪਾਣੀ ਵਧੀਆ ਸੋਲਰ ਵਾਲੀ ਮੋਟਰ ਆ, ਪੂਰਾ ਵਧੀਆ ਸਿਰਾਂ ਕੰਮ ਆ ਯਾਰ। ਪੱਠੇ ਪੁੱਠੇ ਲਾਉਣ ਨੂੰ ਵਧੀਆ ਚੱਲੀ ਜਾਂਦੀ ਰਹਿੰਦੀ ਆ। ਅਤੇ ਆਹ ਕਿਆਰਾ ਭਰਨ ਵਾਲਾ ਹੀ ਆ, ਬਸ ਉਹ ਉੱਥੇ ਪਰਾਂ ਲਾਉਣਾ ਆਪਾਂ ਪਾਣੀ। ਅਤੇ ਚਲੋ ਚੱਲਦੇ ਹਾਂ ਇੱਧਰ ਦੀ, ਮੈਂ ਕਈ ਰੱਖੀ ਸੀ ਇੱਧਰ, ਮੈਂ ਚਲੋ ਚੱਕ ਕੇ ਲੈ ਕੇ ਜਾਂਦਾ ਆ ਪੀ ਪੀ ਨਾਲੇ ਗੇੜਾ ਮਾਰਦੇ ਚੜ੍ਹਨੇ ਆ ਵਾਟਰ ਦੇ ਨਾਲ ਨਾਲ, ਵੇਖ ਜਾਂਦਾ ਜੇ ਟੁੱਟਿਆ। ਪਤਾ ਨਹੀਂ ਟੁੱਟਿਆ, ਪਤਾ ਨਹੀਂ ਕਿਤੇ ਖੁੱਟ ਖੁੱਟਾ, ਇਹ ਵਹਿਣੇ ਆਪਾਂ, ਮੈਂ ਵੇਖ ਕੇ ਸੈੱਟ ਕਰਕੇ ਅਤੇ ਫਿਰ ਮਿਲਦਾ ਕਰੋ। ਮੈਂ ਤੈਨੂੰ ਵੇਖ ਕੇ ਖੋਟੀ ਨਿਕਲੀ ਕਿਆਰਾ, ਵੇਖੋ ਕਿੱਥੇ ਆ, ਉਹ ਰਹੀ ਵੱਟ ਉਹ ਸੀ, ਅਤੇ ਪਾਣੀ ਵੇਖੋ ਕਿੱਥੇ ਨਿਕਲਣ ਲੱਗਾ, ਚੂਹੇ ਵੇਖੋ ਕੱਟੇ ਭਾਜੀ, ਐਂ ਬਹੁਤ ਤੰਗ ਕਰਦੇ ਆ। ਇਹ ਆਪਾਂ ਹੁਣ ਬੰਦ ਕਰ ਦਿੰਦੇ ਖੋਟੀ ਜੀ, ਮੈਂ ਕਿਹਾ ਵੱਟ ਤਾਂ ਕਿਤੋਂ ਰੁਕੀ ਨਹੀਂ ਅਤੇ ਪਾਣੀ ਕਿੱਧਰੋਂ ਹੋਈ ਜਾਂਦਾ, ਫਿਰ ਹੁਣ ਪਤਾ ਲੱਗਾ ਖਾਸੀ ਵੱਡੀ ਲੱਗਦੀ ਫੁੱਟ। ਪਾਣੀ ਪਹੁੰਚ ਗਿਆ ਆਪਣੀ ਕਿਆਰੇ ਤਿੱਕਰ, ਵੀ ਚੱਲੀ ਜਾਂਦਾ ਹੱਥ 'ਚ ਮਾੜਾ ਮਾੜਾ ਲੱਗ ਗਿਆ, ਅਤੇ ਬਸ ਉਹ ਪਰਲਾ ਕਿਆਰਾ ਤਾਂ ਭਰਿਆ ਹੀ ਪਿਆ। ਅਤੇ ਆਪਾਂ ਪਾਣੀ ਇੱਧਰ ਪਾਸੇ ਕਣਕ ਨੂੰ ਨਹੀਂ ਜਾਣ ਦੇਣਾਗਾ, ਕਿਉਂ ਉਹ ਤਿੱਕਰ ਲਾਉਣਾ ਪਾਣੀ ਜਮਾਂ ਐਂਡ ਤਿੱਕਰ, ਉਹ ਸ਼ਾਇਦਾਂ ਤਿੱਕਰ ਆ, ਬਸ ਵੱਟ 'ਤੇ ਗੇੜਾ ਗੂੜਾ ਮਾਰ ਲਗੇ, ਟੁੱਟੀ ਹੋਵੇ ਤਾਂ ਕਿਤੇ ਸਹੀ ਕਰ ਦਾਂਗੇ। ਅਤੇ ਚਲੋ ਮਾਰਦੇ ਹਾਂ ਗੇੜਾ, ਅਤੇ ਪਰੋਂ ਤਾਂ ਮੈਂ ਸਹੀ ਕਰਿਆ, ਉੱਥੋਂ ਹੀ ਉਹ ਤਾਂ ਇੱਥੋਂ ਵੇਖਣੀ ਆ ਬਸ, ਹੁਣ ਵੇਖ ਕੇ ਅਤੇ ਫਿਰ ਇੱਕ ਵਾਰੀ ਚੱਲਦੇ ਹਾਂ ਘਰ ਨੂੰ। ਉਹ ਵੀ ਮਿੱਤਰੋ ਅਤੇ ਵੱਟ ਆਪਾਂ ਜਮਾਂ ਸੈੱਟ ਫੈੱਟ ਕਰ ਜਾਂਦੀ ਆ ਉੱਥੋਂ ਤਿੱਕਰ, ਅਤੇ ਸਾਰੀ ਨਾ ਗੇੜਾ ਗੂੜਾ ਮਾਰ ਕੇ ਅਤੇ ਮਿੱਟੀ ਮੁੱਟੀ ਲਾਉਣ ਵਾਲੀ ਥੋੜ੍ਹੀ ਥੋੜ੍ਹੀ ਨਾਲ ਨਾਲ, ਜਿੱਥੇ ਕਿਤੇ ਮਾੜੀ ਟੋਕ ਟੂਕ ਜੀ ਸੀਗੀ ਅਤੇ ਉਹ ਆਪਾਂ ਲਾਤੀ ਆ ਸਹੀ ਕਰਕੇ। ਅਤੇ ਹੁਣ ਆਪਾਂ 2-2.5 ਘੰਟੇ ਆਰਾਮ ਨਾਲ ਲੱਗ ਜਾਣਗੇ ਯਾਰ ਕਿਆਰਾ ਭਰਨ 'ਤੇ, ਅਤੇ ਤਾਂ ਕਰਕੇ ਹੁਣ ਆਪਾਂ 1-1.5 ਘੰਟੇ ਤੀਕਰ ਤਾਂ ਆ ਜਾਵਾਂਗੇ, ਫਿਰ ਇੱਥੇ ਬਹਿ ਜਾਵਾਂਗੇ ਘੰਟਾ ਝੱਟ ਨਾਲੇ। ਉਹ ਪਰਾਂ ਕੋਠੇ ਦੀ ਚਾਬੀ ਨਹੀਂ ਲਿਆਇਆ ਮੈਂ, ਉੱਧਰ ਮੰਜਾ ਪਿਆ, ਮੰਜਾ ਕੱਢ ਲਾਂਗੇ ਫਿਰ ਬਹਿ ਜਾਵਾਂਗੇ। ਅਤੇ ਚਲੋ ਚੱਲਦੇ ਹਾਂ ਕਰੀ ਘਰੇ, ਅਤੇ ਮਿਲਦੇ ਹਾਂ ਘਰੇ ਜਾ ਕੇ ਕਰੀ। ਇੱਧਰ ਵੀ ਮਿੱਤਰੋ ਆਪਾਂ ਗੇੜਾ ਮਾਰੀ ਜਾਈਏ ਵੱਟ ਨਾਲ ਜਾਂਦੇ ਹੋਏ, ਐਵੇਂ ਟੁੱਟਿਆ ਨਾ ਪਿਆ ਹੋਵੇ ਫਿਰ ਪੰਗਾ ਪੈ ਜੂਗਾ। ਅਤੇ ਜਾਂਦੇ ਆਪਾਂ ਗੇੜਾ ਮਾਰ ਜਾਂਦੇ ਹਾਂ, ਅਤੇ ਚਲ ਫਾਇਦਾ ਹੀ ਆ, ਫਿਰ ਚੱਲਦੇ ਹਾਂ ਕਰੇ। ਚਲੋ ਚੱਲਦੇ ਹਾਂ ਕਰੀ ਗੇੜਾ ਮਾਰਨ। ਚੱਪਲਾਂ ਇੱਥੇ ਲਾ ਦਿੰਦੇ ਹਾਂ। ਹੋਰ ਮਿੱਤਰੋ ਸਾਰੀ ਸੈੱਟ ਫੈਟ ਕਰਤੀ ਆ, ਓਕੇ ਰਿਪੋਰਟ ਕਰਤੀ, ਇੱਥੇ ਵੀ ਲਾਤੀ ਮਿੱਟੀ। ਅਤੇ ਚਲੋ ਚੱਲਦੇ ਹਾਂ ਹੁਣ ਆਪਾਂ ਉੱਥੇ ਚੱਪਲਾਂ ਪਾ ਕੇ ਫਿਰ ਚੱਲਦੇ ਹਾਂ ਘਰ ਨੂੰ, ਫਿਰ 1-1.5 ਘੰਟੇ ਤੀਕਰ ਆਵਾਂਗੇ। ਹੁਣ ਸੈੱਟ ਆ ਮਿੱਤਰੋ, ਹੁਣ ਨਹੀਂ ਚੱਲੀ।
ਵਾਢੀ ਸਰੋਂ ਹਜੇ ਉੱਧਰ ਕਣਕ ਚ ਰਹਿੰਦੀ ਹੈ ਸਰੋਂ ਆਪਣੀ ਵੱਢਣ ਵਾਲੀ ਥੋੜ੍ਹੀ ਜਿਹੀ ਕਈ ਰੱਖਦੇ ਆ ਮਿੱਤਰ ਕੋਠੇ ਚ ਹੁਣ ਚੱਕਦੇ ਹਾਂ ਸਾਈਕਲ ਨਾਲੇ ਉੱਥੋਂ ਮੋਟਰ ਤੋਂ ਜਾਂਦੇ ਪਾਣੀ ਪੀ ਜਾਵਾਂਗੇ ਅਤੇ ਨਾਲੇ ਪੈਰ ਪੂਰ ਧੋ ਜਾਵਾਂਗੇ ਤੋਂ ਆ ਕੇ ਮੋਟਰ ਕੋਲ ਪਹਿਲਾਂ ਪਾਈ ਅਤੇ ਉੱਧਰ ਦੀ ਉਹ ਵੱਟ ਵੱਟ ਉੱਥੇ ਸਾਈਕਲ ਖੜਾ ਸੀ ਆਪਣਾ ਤਾਂ ਕਰਕੇ ਸਾਈਕਲ ਆਪਾਂ ਨਾ ਥੱਲਿਆ ਅਤੇ ਹੁਣ ਪਾਣੀ ਪੂਣੀ ਪੀ ਕੇ ਪੈਰ ਪੂਰ ਧੋ ਕੇ ਆਹ ਮੋਟਰ ਜਿਹੜੀ ਹੈਗੀ ਆ ਸੋਲਰ ਵਾਲੀ ਜਦੋਂ ਮਰਜ਼ੀ ਚਲਾਓ ਧੁੱਪ ਚ ਇਹਨੂੰ ਵਧੀਆ ਪਾਣੀ ਪੂਣੀ ਲਾਉਣ ਦਾ ਕੋਈ ਪੰਗਾ ਨਹੀਂ ਲਾਈਟ ਆਊਗੀ ਉਹ ਹੋਊਗਾ ਬਸ ਧੁੱਪ ਚ ਜਦੋਂ ਮਰਜ਼ੀ ਆਵੇ ਛੱਡ ਲਏ ਇਹਨੂੰ ਬੜੀ ਘੈਂਟ ਚੀਜ਼ ਆ ਚਲੋ ਚੱਲਦੇ ਹਾਂ ਘਰ ਨੂੰ ਮਿਲਦੇ ਹਾਂ ਘਰੇ ਜਾ ਕੇ ਲਓ ਵੀ ਮਿੱਤਰੋ ਤੇ ਪਹੁੰਚ ਗਏ ਘਰੇ ਅਤੇ ਹੁਣ ਆਪਾਂ ਚੱਲਾਂਗੇ ਡੇਢ ਘੰਟੇ ਨੂੰ ਅਤੇ ਉਹਨਾਂ ਟਾਈਮ ਆਪਾਂ ਪੈਂਦੇ ਹਾਂ ਗੇਮ ਗੂਮ ਖੇਡਦੇ ਹਾਂ ਅਤੇ ਮਿਲਦੇ ਹਾਂ ਡੇਢ ਘੰਟੇ ਉਹ ਵੀ ਮਿੱਤਰੋ ਅਤੇ ਖੇਤ ਪਹੁੰਚ ਗਏ ਹਾਂ ਮੋਟਰ ਕੋਲ ਅਤੇ ਪਾਣੀ ਚੱਲੀ ਜਾਂਦਾ ਉੱਧਰੋਂ ਕਈ ਚੱਕਦੇ ਹਾਂ ਅਤੇ ਇੱਧਰ ਗੇੜਾ ਮਾਰਨ ਆਉਂਦੇ ਹਾਂ ਫਿਰ ਉਹ ਉੱਥੋਂ ਚੱਕ ਲੈ ਗਏ ਕਈ ਮੋਟਰ ਤਾਂ ਸਹੀ ਚੱਲੀ ਜਾਂਦੀ ਆ ਹਜੇ ਚਲੋ ਚੱਕਦੇ ਹਾਂ ਕਈ ਦੇ ਮਾਰ ਕੇ ਆਉਂਦੇ ਹਾਂ ਗੇੜਾ ਲਓ ਵੀ ਮਿੱਤਰੋ ਦੀ ਚੱਕ ਲਈ ਆਪਾਂ ਕਈ ਅਤੇ ਪਹਿਲਾਂ ਆਪਾਂ ਗੇੜਾ ਮਾਰਦੇ ਹਾਂ ਇੱਧਰ ਉਹ ਵੱਟ ਵਾਲੀ ਜਿਹੜਾ ਆਪਾਂ ਨਾਲ ਮਿੱਟੀ ਮੁੱਟੀ ਲਾ ਕੇ ਗਏ ਸਹੀ ਕੀਤੀ ਸੀਗੀ ਅਤੇ ਪਾਣੀ ਇੱਥੇ ਤਾਂ ਭਰਿਆ ਪਿਆ ਸਾਰਾ ਚੱਪਲਾਂ ਲਾ ਕੇ ਅਤੇ ਲੋਹਰ ਲੂਹਰ ਮੋੜ ਕੇ ਚੱਲਦੇ ਹਾਂ ਗਾਂਹ ਆਪਾਂ ਗੇੜਾ ਗੂੜਾ ਕੱਢਿਆ ਹੁੰਦਾ ਸਾਰੇ ਕਿਤੇ ਉੱਧਰ ਅਤੇ ਇੱਧਰ ਆਪਾਂ ਮੰਜਾ ਚੱਕਣਾ ਹੀ ਸੀ ਆਹ ਕੋਠੀ 'ਚ ਕੋਠੇ 'ਚ ਅਤੇ ਹੁਣ ਚੱਲਦੇ ਹਾਂ ਮੰਜਾ ਉੱਥੇ ਲੈ ਕੇ ਆਪਾਂ ਛਾਵੇਂ ਅਤੇ ਬਹਿੰਦੇ ਹਾਂ ਜਾ ਕੇ ਲਓ ਵੀ ਮਿੱਤਰੋ ਅਤੇ ਆਪਾਂ ਮੰਜੇ 'ਤੇ ਬਹਿ ਗਏ ਸੀਗੇ ਮਗਰ ਪਿਆ ਮੰਜਾ ਅਤੇ ਮੰਜੇ ਤੋਂ ਉੱਠ ਕੇ ਆਏ ਹਾਂ ਹੁਣ ਅਤੇ ਹੁਣ ਗੇੜਾ ਮਾਰੇਗੀ ਭਰ ਗਿਆ ਹੁਣ ਹੁਣ ਤਾਂ ਹੁਣ ਬਹੁਤ ਟਾਈਮ ਹੋ ਗਿਆ ਅਤੇ ਫਿਰ ਗੇੜਾ ਮਾਰ ਕੇ ਅਤੇ ਮੋਟਰ ਬੰਦ ਕਰ ਕਈ ਚੱਕ ਲਏ ਮੋਟਰ ਬੰਦ ਕਰਕੇ ਅਤੇ ਫਿਰ ਜਾਂਦੇ ਹਾਂ ਘਰੇ ਬੁਰਾ ਪਿਆ ਮਿੱਤਰ ਇੱਥੋਂ ਸਾਰਾ ਗਾਂ ਵੇਹਣੇ ਆ ਲੋ ਮਿੱਤਰੋ ਇੱਧਰ ਆਪਾਂ ਗਾਂਹ ਦੇ ਕੇ ਗੇੜਾ ਮਾਰ ਆਉਂਦਾ ਅਤੇ ਹੁਣ ਚੱਲਦੇ ਹਾਂ ਆਪਾਂ ਇੱਧਰ ਨੂੰ ਇੱਧਰ ਵੀ ਸਾਰੇ ਗੇੜਾ ਮਾਰੇ ਕਿ ਉਹ ਵੱਟ ਨਾ ਗੇੜਾ ਮਾਰ ਕੇ ਆਉਣਾ ਕਿਤੇ ਫੇਰ ਨਾ ਪਾਣੀ ਨਿਕਲੀ ਜਾਂਦਾ ਇੱਧਰ ਨੂੰ ਮਿੱਤਰੋ ਜਮਾਂ ਫੁੱਲ ਭਰਿਆ ਪਿਆ ਗਿਆ ਰਾਜਾ ਜਿਹਦੇ ਬੀਜੀ ਪਾਣੀ ਆਪਣੀ ਉੱਧਰ ਬਾਂਹ 'ਚ ਚੱਲਿਆ ਹਜੇ ਤੱਕ ਤਾਂ ਕੰਮ ਸੈੱਟ ਆ ਇੱਧਰ ਸਾਰਾ
ਗਾਹ ਲੈਣੇ ਆ। ਦੇਖੋ ਡਾਹ ਪਈ ਮਿੱਤਰ, ਵੱਟ ਤੋਂ ਲੰਘੀ ਜਾਂਦਾ ਪਾਣੀ, ਅਤੇ ਇੱਥੇ ਪਾਣੀ ਆਪਾਂ ਨੂੰ ਉੱਥੇ ਜਾ ਬੰਨ ਲਾਉਣਾ ਪੈਣਾ ਮਿੱਟੀ ਦਾ, ਅਤੇ ਲਾਉਂਦੇ ਹਾਂ ਵੱਟ, ਕਿਉਂਕਿ ਛੋਟੀ ਜਿਹੀ ਸੀ ਇੱਥੋਂ, ਅਤੇ ਚਲੋ ਲਾਉਂਦੇ ਹਾਂ ਬੰਨ, ਮਿਲਦੇ ਹਾਂ ਫਿਰ। ਮਿੱਤਰ ਗੇੜਾ ਮਾਰ ਜਾਂਦਾ ਆਪਾਂ ਸਾਰੇ ਯਾਰ, ਨਾ ਵੱਟ ਦੇ ਉੱਤੋਂ ਦੀ ਪਾਣੀ ਉੱਠੜੀ ਜਾਂਦਾ ਕਿਉਂਕਿ ਕੈਰਾ ਫੁੱਲ ਭਰ ਗਿਆ ਇਹ, ਅਤੇ ਮੇਰੀ ਸਕੀਮ ਹੁਣ ਬੰਦ ਕਰਦਾ ਮੋਟਰ, ਜਿਹੜਾ ਕੈਰੇ 'ਚ ਪਾਣੀ ਖੜ੍ਹਾ ਸਾਰਾ ਆਪੇ ਗਾਂਹ ਲੰਘ ਜੂਗਾ, ਥੋੜ੍ਹਾ ਜਿਹਾ ਥਾਂ ਰਹਿ ਗਿਆ ਗਾਂਹ ਆਪਣੇ ਵਾਹਣ ਦਾ, ਅਤੇ ਐਂ ਤਾਂ ਔਖਾ ਕਣਕ 'ਚ ਪਾਣੀ ਜਾ ਵੜੂਗਾ, ਅਤੇ ਇਸੇ ਕਰਕੇ ਆਪਾਂ ਮੋਟਰ ਬੰਦ ਕਰ ਦਿੰਦੇ ਹੁਣ। ਮੋਟਰ ਹੋ ਗਈ ਬੰਦ ਮਿੱਤਰੋ, ਲਓ ਮਿੱਤਰੋ ਅਤੇ ਮੋਟਰ ਆਪਾਂ ਕਰਤੀ ਆ ਬੰਦ, ਸਰਾ ਜੀ ਜਾ ਵੈਸੇ ਇੱਥੇ ਬੰਦ ਹੋ ਗਈ ਸਿਸਟਮ ਤੱਕ, ਮਾੜਾ ਬਟਨ ਠੀਕ ਆ, ਅਤੇ ਹੁਣ ਜਿਹੜਾ ਆਹ ਕੈਰੀ ਪਾਣੀ ਫੁੱਲ ਭਰਿਆ ਹੋਇਆ ਇਹ ਆਪੇ ਗਾਂਹ ਤੁਰ ਜੂਗਾ ਪਾਣੀ, ਅਤੇ ਆਪਣੇ ਵਾਹਣ ਨੂੰ ਪੂਰਾ ਹੋ ਜੂਗਾ, ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਵੱਟੇ ਵੱਟ 'ਤੇ ਪਾਉਣੇ ਚੱਪਲਾਂ ਜਾ ਕੇ, ਅਤੇ ਫਿਰ ਚੱਲਦੇ ਹਾਂ ਘਰੇ। ਲਓ ਵੀ ਮਿੱਤਰੋ ਅਤੇ ਬੰਦ ਕਰਕੇ ਮੋਟਰ ਆਪਾਂ, ਅਤੇ ਆ ਗਏ ਹਾਂ ਘਰੇ, ਅਤੇ ਹੁਣ ਚੱਲਦੇ ਹਾਂ ਘਰੇ ਆਪਾਂ। ਅੱਜ ਦੇ ਵਲੋਗ ਦੇ ਵਿੱਚ ਮਿੱਤਰੋ ਇੰਨਾ ਹੀ, ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ, ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਾ ਕਰੋ, ਅਤੇ ਸਬਸਕ੍ਰਾਈਬ ਕਰ ਲਓ ਚੈਨਲ, ਹੋਰ ਨਵੇਂ ਨਵੇਂ ਵਲੋਗ ਵੇਖਣ ਲਈ ਸਿਰਾ ਤੋਂ ਸਿਰਾ ਹੀ ਆਉਣੇ ਆ ਬਸ ਵਲੋਗ, ਅਤੇ ਚਲੋ ਬਾਏ, ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।